ਹੋਣੀਆਂ ਨੇ, ਚਿਕਨ ਜਰਪ੍ਰੀਜ਼ੀ ਹੋਣੀ ਹੈ, ਸ਼ਾਹੀ ਦਾਲ ਹੋਣੀ ਹੈ, ਫਰਾਈ ਮੁਰਗਾ, ਭੁਜਨਾ ਗੋਸ਼ਤ, ਕੀਮਾ, ਦਾਲ ਸਬਜ਼ੀ, ਕੜੀ ਪਕੌੜਾ, ਛੋਟੀ ਉਜਰੀ ਹੋਣੀ ਹੈ, ਮਗਜ਼, ਬਾਕੀ ਚਿਕਨ ਕੜਾਈ, ਮਟਨ ਕੜਾਈ, ਬਿਰਿਆਨੀ ਸ਼ਰਿਆਨੀ ਵੀ। ਇਸ ਵੇਲੇ ਸੁਬਹ ਸੁਬਹ ਨਾਲ ਟਾਈਮ ਹੈ, ਨਾਲ ਬਾਰਿਸ਼ ਵੀ ਲੱਗੀ ਹੈ, ਤਾਂ ਇਹ ਜਿਹੜਾ ਹੋਟਲ ਹੈ ਨਾ, ਇਹ ਝੰਡਿਆਂ ਵਾਲੇ ਹੋਟਲ ਸੀ, ਮਸ਼ਹੂਰ ਹੈ ਇਸ ਨਾਲ। ਤਾਂ ਬਾਕੀ ਇਹ ਤਾਂ ਕੀ ਸਕਣਾ ਤੁਸੀਂ, ਟੇਬਲ ਸ਼ੇਬਲ ਲੱਗੇ, ਸ਼ਾਮ ਲੈ ਜ਼ਿਆਦਾ ਰਸ਼ ਹੋਣਾ ਇਹਦਾ। ਅਸਲਾਮ ਅਲੈਕੁਮ ਦੋਸਤੋ, ਉਮੀਦ ਕਰਨਾ ਤੁਸੀਂ ਠੀਕ ਹੋ ਸੋ, ਅੱਲਾ ਪਾਕ ਨੇ ਇਫਜ਼ੋ ਅਮਾਨ ਹੀ ਜੋ ਸੋ। ਅਸਾਂ ਇਸ ਟਾਈਮ ਮੌਜੂਦ ਹਾਂ ਡਡਿਆਲ ਸ਼ਹਿਰ ਵਿੱਚ, ਇਹ ਝੰਡਿਆਂ ਵਾਲੇ ਹੋਟਲ ਉੱਪਰ ਮੌਜੂਦ ਹਾਂ। ਅਸਾਂ ਨੇ ਕੈਮਰਾਮੈਨ ਤੁਸੀਂ ਕੀ ਦੱਸਣੇ ਹਨ, ਤਾਂ ਦੂਈ ਗੱਲ ਤੁਸੀਂ ਦੱਸੀ ਹੋਣਾ, ਅਸਾਂ ਨੇ ਨਾਲ ਮੌਜੂਦ ਹਨ ਅੱਜ ਲੁਕਮਾਨ ਸਾਹਿਬ। ਤਾਂ ਬਾਰਿਸ਼ ਲੱਗੀ ਹੈ, ਤਾਂ ਅਸਾਂ ਇਹਨਾਂ ਨਾਲ ਰਾਬਤਾ ਕੀਤਾ, ਤਾਂ ਬਾਰਿਸ਼ਾਂ ਵਿੱਚ ਵੀ ਸਾਡੇ ਨਾਲ ਮਿਲਣ ਵਾਸਤੇ ਲੱਗੇ ਹਨ, ਅਸਾਂ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸਲਾਮ ਅਲੈਕੁਮ ਲੁਕਮਾਨ ਭਾਈ। ਵਾਲੇਕੁਮ ਸਲਾਮ ਜਨਾਬ, ਕੀ ਹਾਲ ਚਾਲ ਹੈ? ਠੀਕ ਹੋ? ਅੱਲਾ ਦਾ ਸ਼ੁਕਰ ਭਾਈ, ਤੁਸੀਂ ਸੁਣਾਓ? ਅੱਲਾ ਦਾ ਸ਼ੁਕਰ ਠੀਕ ਠਾਕ। ਤਾਂ ਬਾਰਿਸ਼ਾਂ ਪਿੱਛਾ, ਬਾਰਿਸ਼ ਤੋਂ ਸਾਡੇ ਪਿੱਛਾ ਸਿੱਝੀ ਗਏ ਹੋ ਆਈ? ਨਾ ਜੀ ਨਾ, ਸਿੱਝਣੇ ਰਹੇ ਸਾਂ, ਪਰ ਤੁਹਾਡਾ ਮੁਲਾਕਾਤ ਲਾਜ਼ਮੀ ਕਰ ਲਈ ਸੀ। ਦੂਜੀ ਗੱਲ ਹੈ ਕਿ ਤੁਹਾਡਾ ਬਹੁਤ ਹੀ ਸ਼ੁਕਰੀਆ ਅਦਾ ਕਰ ਰਿਹਾ ਕਿ ਤੁਸੀਂ ਖੁਦ ਟੇਲ ਟੇਮ ਕਰਦੇ ਹੋ, ਦਿਆਲ ਆਇਓ ਸਪੈਸ਼ਲ। ਬੜੀ ਮਿਹਰਬਾਨੀ ਸਰ, ਤੁਸੀਂ ਇਤਨਾ ਅਸਾਂ ਕੀ ਟਾਈਮ ਦਿੱਤਾ ਆ, ਔਰ ਖਾਸ ਕਰ ਤਾਂ ਇਸ ਲਈ ਬਾਰਿਸ਼ ਕੋਈ ਬੰਦਾ ਵੀ ਨਹੀਂ ਬਾਹਰ ਨਿਕਲਣਾ, ਤਾਂ ਤੁਸੀਂ ਸਾਰੇ ਵਾਸਤੇ ਤੁਸੀਂ ਤਾਂ ਬਾਰਿਸ਼ ਹੀ ਆਏ ਹੋ, ਤਾਂ ਤੁਹਾਡੀ ਬੜੀ ਮਿਹਰਬਾਨੀ। ਤਾਂ ਹੋਰ ਅਮਨ ਸਕੂਨ ਹੈ, ਖੈਰ ਖਰੀਅਤ ਹੈ? ਅੱਲਾ ਦਾ ਸ਼ੁਕਰ ਹੈ। ਤਾਂ ਇਹ ਕਿਹੜੀ ਜਗ੍ਹਾ ਆ, ਤੁਸੀਂ ਅਸਾਂ ਨੇ ਤੱਕਣੇ ਵਾਲੇ ਕੀ ਦੱਸੋ, ਉਹਨੇ ਕਿਹੜੀ ਜਗ੍ਹਾ ਆ ਇਹ ਹੋਟਲ ਹੈ ਜਿਹੜਾ? ਇਹ ਹੋਟਲ ਜਿਹੜਾ ਤੁਸੀਂ ਜਿਸਾ ਪਹਿਲੇ ਬਾਇਆ, ਇਹ ਮਸ਼ਹੂਰ ਹੋਟਲ ਹੈ, ਇਹ ਬਟੜੂਈ ਵਿੱਚ। ਇਸਦਾ ਕਿਹੜਾ ਕਿਆ ਨਾਂ ਦੱਸਿਆ? ਬਟੜੂਈ। ਬਟੜੂਈ, ਠੀਕ ਹੋਈ ਆ ਬਟੜੂਈ। ਤਾਂ ਅਸਾਂ ਇਹਨਾਂ ਕੋਲੋਂ ਜੁਲੀ ਪੁੱਛਣੇ ਭਾਲਦੇ ਹਾਂ ਕਿ ਕਿਆ ਕੁਝ ਇੱਥੇ ਪਕਾਉਣੇ ਨੇ, ਕਿ ਨਾ ਪੁੱਛੋ ਇਹਨਾਂ ਕੋਲੋਂ। ਅੱਛਾ ਜੀ, ਉੱਥੇ ਆਈ ਜਾਓ, ਉੱਥੇ ਹੀ ਅੱਛੋ ਜੀ। ਅਸਾਂ ਇੱਥੇ ਇਹਨਾਂ ਕੋਲ ਆਏ ਹਾਂ, ਇਹਨਾਂ ਕੋਲ ਪੁੱਛਣੇ ਹਾਂ ਕਿ ਹੋਟਲ ਉੱਪਰ ਕਿਆ ਕਿਆ ਪਕਾਉਣੇ ਨੇ। ਅਸਲਾਮ ਵਾਲੇਕੁਮ ਸਰ, ਕੀ ਹਾਲ ਹੈ ਸਰ? ਠੀਕ ਹੋ? ਅਲਹਮਦੁਲਿਲਾਹ ਜਨਾਬ। ਸਰ, ਕਿਹੜੀ ਕਿਹੜੀ ਡਿਸ਼ ਤੁਸੀਂ ਇੱਥੇ ਪਕਾਉਣੇ ਹੋ? ਸਰ ਜੀ, ਸਾਨੂੰ ਤਿਆਰ ਤਕਰੀਬਨ 13-14 ਡਿਸ਼ ਆਉਣੀਆਂ ਨੇ। ਦਾਲ ਸਬਜ਼ੀ, ਕੜੀ ਪਕੌੜਾ, ਛੋਟੀ ਉਜਰੀ ਹੋਣੀ ਹੈ, ਮਗਜ਼, ਬਾਕੀ ਚਿਕਨ ਕੜਾਈ, ਮਟਨ ਕੜਾਈ, ਬਿਰਿਆਨੀ ਸ਼ਰਿਆਨੀ ਵੀ। ਬਿਰਿਆਨੀ ਵਗੈਰਾ ਨਹੀਂ ਹੋਣੀ। ਅੱਛਾ, ਤਾਂ ਨਾਸ਼ਤੇ ਕਿਆ ਕੁਝ ਹੈ? ਨਾਸ਼ਤੇ ਵਿੱਚ ਚਨੇ ਹੋਣੇ ਨੇ, ਠੀਕ, ਪਰਾਂਠੇ, ਬੰਦ ਮਲਾਈ ਵਾਲੇ, ਅੰਡੇ ਵਗੈਰਾ ਫਰਾਈ ਆਮ। ਬੜੀ ਮਿਹਰਬਾਨੀ। ਤਾਂ ਤੁਹਾਨੂੰ ਸਭ ਤੋਂ ਮਸ਼ਹੂਰ ਚੀਜ਼ ਕਿਹੜੀ ਹੈ ਜਿਹੜੀ ਇੱਥੇ ਸਭ ਤੋਂ ਜ਼ਿਆਦਾ ਤੁਹਾਨੂੰ ਇਸਤੇਮਾਲ ਹੋਣੀ ਹੈ? ਅੱਛੀ ਹੋਣੀ ਹੈ। ਨਹੀਂ ਮਤਲਬ ਤੁਹਾਨੂੰ ਕੋਈ ਜਿਹੜੀ ਚੀਜ਼ ਮਸ਼ਹੂਰ ਹੈ ਸਭ ਤੋਂ ਜ਼ਿਆਦਾ? ਛੋਟੀ ਉਜਰੀ, ਬੱਕਰੇ ਨਹੀਂ ਹੋਣੀ। ਅੱਛਾ, ਬੱਕਰੇ ਨਹੀਂ ਉਜਰੀ। ਚਲੋ ਜੀ, ਅਸਾਂ ਅੱਗੇ ਚੱਲਦੇ ਹਾਂ, ਉੱਥੋਂ ਕੀ ਅੱਗੇ ਨਹੀਂ ਕੋਈ ਵੀਡੀਓ ਸ਼ੀਡੀਓ ਦੱਸਾਂ। ਤਾਂ ਬਾਕੀ ਅਸਾਂ ਲੁਕਮਾਨ ਸਾਹਿਬ ਨਾਲ ਸ਼ੁਕਰੀਆ ਅਦਾ ਕਰਨਾ ਕਿ ਇਹਨਾਂ ਅਸਾਂ ਕੀ ਟਾਈਮ ਦਿੱਤਾ ਆ। ਤਾਂ ਇਨਸ਼ਾਅੱਲਾ ਉੱਥੋਂ ਕੀ ਬਾਜ਼ਾਰ ਸ਼ਾਜ਼ਾਰ ਚੱਲੀ ਤਾਂ ਦੱਸਣੇ ਹਾਂ, ਬਾਕੀ ਵੀ ਜਿਹੜੀ ਵੀਡੀਓ ਸ਼ੀਡੀਓ ਅਸਾਂ ਬਣਾ ਸਾਂ ਉਹ ਵੀ ਤੁਹਾਨੂੰ ਨਾਲ ਸ਼ੇਅਰ ਕਰ ਸਾਂ। ਠੀਕ ਹੈ ਜੀ।